ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕਮ ਸਾਰਿਆਂ ਦੋਸਤਾਂ ਵੀਰਾਂ ਨੂੰ। ਜਨਾਬ ਕੀ ਹਾਲ ਚਾਲ ਹੈ? ਸਾਰਿਆਂ ਦਾ ਠੀਕ ਠਾਕ ਹੋ? ਇਹ ਛੱਤ ਦੇ ਬੱਚੇ ਜਿਹੜੇ ਨਵੇਂ ਤਿਆਰ ਹੋਏ ਨੇ ਉਹਨਾਂ ਦਾ ਵੀ ਤੁਹਾਨੂੰ ਅੱਜ ਸ਼ੋ ਕਰਵਾ ਦਿੰਦੇ ਹਾਂ। ਨਾਲੇ ਕਬੂਤਰਾਂ ਨੂੰ ਅੱਜ ਦਾਣਾ ਪਾ ਦਿੰਦੇ ਹਾਂ, ਕਿਤੇ ਕਦੀ ਰਮੀਜ਼ ਪਾ ਦਿੰਦਾ ਅਤੇ ਕਦੀ ਵੱਡਾ ਭਾਈਆ ਪਾ ਦਿੰਦਾ। ਛੱਤ ਆ, ਬੱਚੇ ਤਿਆਰ ਹੋਏ ਇਹਦੇ ਵਿੱਚ, ਵੇਖ ਲਓ। ਇੱਕ ਉਹ ਬੱਚਾ ਜੇ, ਇੱਕ ਹੈ ਕਲਪਰਾ ਜਿਹਾ ਬੱਚਾ, ਇਹ ਸ਼ਰਕੇ ਦੇ ਅੱਗੇ ਦੋ ਬੱਚੇ ਉਹ ਜੇ ਟਰੇ ਕੋਲ ਸ਼ਰਕੇ ਜੋੜੇ ਦੇ, ਦੋ ਦੇ ਤੋਂ ਚਾਰ ਤਰੇ ਬੱਚੇ ਹੋਰ ਜਿਹੜੇ ਨੇ ਉਹ ਤਿਆਰ ਹੋਏ ਨੇ ਛੱਤ 'ਤੇ। ਕੱਪ ਦੀ ਜਨਾਬ ਤੁਹਾਨੂੰ ਅਪਡੇਟ ਦਿੰਦੇ ਹਾਂ ਰਵੀ, ਤਾਂ ਅਸੀਂ ਬਾਹਰ ਹਾਂ। ਜਿਹੜੀ ਕੋਈ ਵੀਡੀਓ ਆ ਜੇ ਤੁਹਾਡੇ ਵਾਸਤੇ ਸ਼ੌਕ ਵਾ ਤਾਂ ਚਾਹ ਸਾੜੀ ਦੇ। ਕਾਲਾ ਕਬੂਤਰ ਵੀ ਅਗਲੇ ਦਿਨ ਰਾਤ ਰਹਿ ਕੇ ਆਇਆ, ਅਤੇ ਇੱਕ ਘਰੇ ਦਾ ਬੱਚਾ ਜਿਹੜਾ ਸੀ, ਦੋ ਸ਼ਰਕੇ ਹਨ, ਇੱਕ ਰਾਤ ਰਹਿ ਗਿਆ, ਉਹ ਕੋਈ ਨਹੀਂ ਸੀ ਆਇਆ। ਮੈਂ ਥੱਲੇ ਕਬੂਤਰਾਂ ਨੂੰ ਦਾਣਾ ਵੀ ਪਾ ਦਈਏ, ਨਾਲੇ ਅੰਦਰ ਵੀ ਆਂਡੇ ਬੱਚੇ ਜਿਹੜੇ ਨੇ ਨਵੇਂ ਜੁੜਿਆਂ ਨੇ ਦਿੱਤੇ ਨੇ। ਮਾਸ਼ਾਅੱਲਾ ਜੀ, ਜ਼ਬਰਦਸਤ। ਇਹ ਤਾਂ ਨਵਾਂ ਜੋੜਾ ਰਲਿਆ, ਪੁਰਾਣਾ ਕਬੂਤਰ ਸ਼ਾਹਜ਼ਰਾ ਅਤੇ ਨਾਲ ਬਟੇਰੀ ਮਾਦੀ। ਹੈ ਜੀ, ਨਾਲੇ ਅੱਜ ਸ਼ੋਅ ਕਰ ਲਓ ਜੀ, ਘਰ ਦਾ ਬੱਚਾ ਜਿਹੜਾ ਅੱਜ ਪਹਿਲੇ ਦਿਨ ਹੀ ਲਿਆ ਜਿਹਾ, ਰੰਗ ਸ਼ੰਗ ਲਾ ਦੜਿਆ ਬਿਲਕੁਲ, ਇਹ ਛੋਟਾ ਹੈ। ਜਿਹੜੇ ਨਵੇਂ ਬੱਚੇ ਤਿਆਰ ਹੋਏ ਨੇ ਉਹਨਾਂ ਵਿੱਚ ਪੈਂਤੀਆਂ ਦਾ ਜਿਹੜਾ ਕਬੂਤਰ ਹੈ ਨਾ, ਉਹਦੇ ਦਾ ਬੱਚਾ ਹੈ ਜੀ। ਮਾਸ਼ਾਅੱਲਾ ਜੀ, ਜ਼ਬਰਦਸਤ। ਹੁਣ ਵੇਖੋ ਅੱਗੂ ਕੀ ਕਰਦਾ, ਅੱਗੂ ਇਹਨੂੰ ਟ੍ਰੇਨਿੰਗ ਸ਼੍ਰੇਨਿੰਗ ਦੇਣੀ ਕਰਨੀ ਹੈ। ਵੀਡੀਓ ਪਸੰਦ ਆਈ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ। ਅਤੇ ਜਿਹੜੇ ਦੋਸਤ ਵੀ ਨਵੇਂ ਆਏ ਹੋ ਚੈਨਲ 'ਤੇ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ 'ਤੇ ਜ਼ਰੂਰ ਹੱਥ ਲਾਇਓ। ਇਹਦਾ ਜੀ ਇੱਕ ਜੋੜਾ ਰਹਿ ਗਿਆ ਸੀ ਜਦੋਂ ਬਿਮਾਰੀ ਪਈ ਸੀ, ਬਾਕੀਆਂ ਦਾ ਤਾਂ ਕੰਮ ਹੋ ਗਿਆ ਸੀ। ਇੱਕ ਇਹ ਜੋੜਾ ਰਹਿ ਗਿਆ ਅਤੇ ਆਪੇ 'ਚ ਰਲ ਗਏ ਆ। ਇਹਨਾਂ ਜੀ ਆਂਡੇ ਵੀ, ਆਂਡਾ ਵੀ ਦਿੱਤਾ, ਇੱਕ ਮਾਦੀ ਨੇ ਇੱਕ ਦਿੱਤਾ। ਮਾਦੀ ਸ਼ਾਹਸਰੀ ਤਾਂ ਪਰਾਂ, ਇਹ ਨਾਰੇ ਸ਼ਾਹਸਰਾ। ਬਿਮਾਰੀ ਜੋ ਜਿਹੜੇ ਬਚ ਕੇ ਤਿਆਰ ਹੀ ਰਹਿ ਗਏ ਹਾਂ। ਆ ਜੋ ਜ਼ਰਾ ਅੰਦਰ ਦਾ ਸ਼ੌਕ ਤੁਹਾਨੂੰ ਕਰਵਾਉਂਦੇ, ਅੰਦਰ ਕਿੰਨੀਆਂ ਜੋੜਿਆਂ ਆਂਡੇ ਦਿੱਤੇ ਨੇ। ਇਹ 35 ਆਂਡੇ ਦੇ ਖੁੱਡੇ ਦੇ ਚਾਰ ਆਂਡੇ, ਇੱਕ ਵਿੱਕੇ ਜਿਹੇ ਚਾਰ ਆਂਡੇ ਜੀ। ਅੱਜ ਤਾਂ ਪਹਿਲੀ ਵਾਰੀ ਵੇਖਿਆ, ਇੱਕ ਇਹ 'ਚ ਚਾਰ ਆਂਡੇ, ਇਹ ਦੋ ਆਂਡੇ, ਉਸ ਤੋਂ ਬਾਦ ਜਿਉਂ ਸਿਰ ਥਲੇ ਤਰੇ ਆਂਡੇ। ਜਨਾਬ ਆਂਡਿਆਂ ਦੀ ਤਾਂ ਬਾਰਿਸ਼ ਹੋ ਗਈ ਇੱਕ 'ਚ,
ਇੱਥੇ ਦੋ ਆਂਡੇ, ਦੋ ਇਸ ਸਾਈਡ ਆਂਡੇ ਅਤੇ ਦੋ ਇਸ ਸਾਈਡ ਆਂਡੇ, ਦੋ ਦੋ ਚਾਰ ਦੋ ਛੇ, ਛੇ ਚਾਰ ਦਸ, ਦੋ ਬਾਰ੍ਹਾਂ ਅਤੇ ਤਿੰਨ, ਬਾਰ੍ਹਾਂ ਅਤੇ ਤਿੰਨ ਪੰਦਰਾਂ, ਪੰਦਰਾਂ ਅਤੇ ਉਹ ਦੂਸਰੇ ਕੇਜ ਵਿੱਚ ਇੰਝ ਹੀ ਆਂਡੇ ਦੇ। ਇੱਧਰ ਵੀ ਕਾਫੀ ਦਿਨ ਬਾਅਦ ਟਾਈਮ ਲੱਭਿਆ ਜ਼ਰਾ ਆਪੇ ਸ਼ੋਅ ਕਰਵਾਉਣ ਦਾ ਕਬੂਤਰਾਂ ਦਾ। ਡੇਂਗ ਵਾਲੇ ਜੋੜੇ ਵਾ ਅਤੇ ਇੱਕ ਥਾਂ ਚੋਖੇ ਦਾਣੇ ਸੜ ਸੜੇ ਹੈ, ਚਲੋ ਸੌਖੇ ਖਾ ਲੈਣ। ਲੂੰਡਾ ਕਬੂਤਰ ਵੀ ਨੱਪੇ ਆ, ਨੀਲੀ ਕੜੀ ਵਾਲਾ ਉਹਨਾਂ ਨੂੰ ਵੀ ਖਵਾਉਣ। ਇੱਦਾਂ ਨੇ ਟਾਈਮ ਨਾਲ ਪਾਸੜੇ ਨੇ ਜੀ। ਜਿਹੜਾ 35 ਜਣਾ ਕਬੂਤਰ ਤੁਹਾਨੂੰ ਫਾਇਆ ਨਾ, ਇਹ ਉਹਦਾ ਬੱਚਾ ਜੇ ਪਾਣੀ ਪੀਣ ਲੱਗਿਆ ਸ਼ਾਸਰਾ। ਉਹਦੇ ਨਾਲ ਵੀ ਉਹ ਦੂਸਰਾ ਬੱਚਾ। ਅੱਗੋਂ ਵੱਡੀਆਂ ਬਾਜ਼ੀਆਂ ਵੀ ਇਨਸ਼ਾ ਅੱਲਾ ਤੁਹਾਨੂੰ ਸ਼ੋਅ ਕਰਵਾਉਂਦੇ ਰਹਾਂਗੇ। ਹਾਂਜੀ, ਅੱਜ ਪਹਿਲਾ ਦਿਨ ਆ ਤਾਂ ਦੋ ਚਾਰ ਗੇੜੇ ਲਾ ਕੇ ਬਹਿ ਗਿਆ। ਅੱਗੋਂ ਅੱਲਾ ਹਰ ਕਰੇ ਨੂੰ ਟ੍ਰੇਨਿੰਗ ਦਿਆ ਦੇਣਾ ਅਤੇ ਨਾਲ ਸ਼ੌਕ ਵੀ ਕਰਵਾ ਕਰਾਂ ਤੁਹਾਨੂੰ। ਅੱਛਾ ਜੀ, ਜ਼ਬਰਦਸਤ ਹੈ ਜੋੜਾ, ਚੰਗਾ ਲੱਗਿਆ। ਪੁਰਾਣਾ ਕਬੂਤਰ ਹੈ ਜਿਹਨੂੰ ਇੱਲ ਨੇ ਮਾਰਿਆ ਸੀ, ਇਹਦੀ ਵੀਡੀਓ ਵੀ ਆਇਆ ਚੈਨਲ 'ਤੇ, ਨਾਲ ਬਟੇਰੀ ਮਾਦੀ ਲੱਗੀ ਹੈ। ਦਾਣੇ ਖਾ ਲਏ ਹੁਣ, ਪਾਣੀ ਸ਼ਾਣੀ ਪਹਿਲਾਂ ਦਾ ਪਿਆ। ਬਿਲਕੁਲ ਹਰ ਚੀਜ਼ ਵਿਹਲੀ ਪਈ। ਉਹ ਜ਼ੀਰਾ ਕਬੂਤਰ ਵੀ ਨਵਾਂ ਖੁੱਲਿਆ।
ਦਾਣੇ ਹੁਣ ਜ਼ਿਆਦਾ ਸੜਦੇ ਨੇ ਛੱਤ 'ਤੇ, ਜਿਹੜੇ ਜੰਗਲੀ ਕਬੂਤਰ ਜੇ ਨਹੀਂ ਆਏ ਕਿਉਂਕਿ ਉਹ ਟਾਈਮ ਨਾਲ ਆਉਂਦੇ ਨੇ। ਅੱਜ ਦਾਣਾ ਟਾਈਮ ਨਾਲ ਪਾਸ ਲਿਆ, ਨਹੀਂ ਤਾਂ ਜੰਗਲੀ ਕਬੂਤਰ ਆਉਂਦੇ ਦਾਣਾ ਛਾਣਾ ਖਾਣ। ਦਾਣੇ ਜ਼ਿਆਦਾ ਧਰ ਪਾਸ ਲੈਣੇ ਆ, ਪਾਣੀ ਧਰ ਦਿੱਤਾ, ਜਿਹੜਾ ਕੋਈ ਜੰਗਲੀ ਕਬੂਤਰ ਆਇਆ ਦਾਣਾ ਛਾਣਾ ਖਾ ਕੇ ਟੁਰ ਜੇ। ਵੀਡੀਓ ਪਸੰਦ ਆਈ ਲਾਈਕ ਕਮੈਂਟ ਜ਼ਰੂਰ ਕਰਿਓ। ਜਿਹੜੇ ਦੋਸਤ ਵੀ ਨਵੇਂ ਆਏ ਹੋ ਚੈਨਲ 'ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜ਼ਰੂਰ ਹੱਥ ਲਾਇਓ, ਕਿਉਂ ਲੇਟੈਸਟ ਵੀਡੀਓ ਦੀ ਅਪਡੇਟ ਸਾਰਿਆਂ ਨਾਲ ਪਹਿਲਾਂ ਤੁਹਾਡੇ ਕੋਲ ਪਹੁੰਚੇ। ਅਤੇ ਆਪਣਾ ਖਿਆਲ ਰੱਖਿਓ, ਦੁਆਵਾਂ 'ਚ ਜ਼ਰੂਰ ਯਾਦ ਰੱਖਿਓ। ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਨਾਲ ਜੀ। ਅੱਲਾ ਹਾਫਿਜ਼।